ਦੱਸ ਪੇਕਿਆਂ ਤੇ ਸਹੁਰਿਆਂ ਚ ਇੰਨਾ ਫਰਕ ਕਰਨ ਲੱਗ ਗਈ ਇਹ। ਮੰਮੀ ਹੁਣ ਆਪਦੀ ਮਾਂ ਬਿਮਾਰ ਹੋਈ ਆ, ਅਗਲੀ ਛੁੱਟੀ ਲਊਗੀ। ਚੰਗਾ ਕੀਤਾ ਜਿਹੜੀ ਤੂੰ ਆ ਗੱਲ ਨਾ ਮੇਰੇ ਦਿਮਾਗ ਚ ਪਾ ਦਿੱਤੀ। ਆਉਣ ਦੇ ਇਹਨੂੰ ਸ਼ਾਮ ਨੂੰ, ਇਹਨੂੰ ਤਾਂ ਮੈਂ ਪੁੱਛੂਗੀ ਵੀ ਹੁਣ ਤੈਨੂੰ ਦੁਕਾਨ ਤੋਂ ਕਿਵੇਂ ਛੁੱਟੀ ਮਿਲ ਗਈ, ਕਿਵੇਂ ਸਰ ਗਿਆ ਇਹਦਾ ਨਾ ਜਾਏ ਬਿਨਾ। ਨਾ ਮੰਮੀ, ਆਪ ਗਈ ਆ ਤਾਂ ਗਈ, ਕੱਲੀ ਚਲੇ ਗਈ ਆ, ਕੁੜੀ ਨੂੰ ਵੀ ਲੈ ਜਾਂਦੀ। ਹੁਣ ਦੱਸ ਪੁੱਤ ਆਪਣੇ ਘਰੇ ਤੂੰ ਠੀਕ ਤਾਂ ਹੈ? ਹਾਂਜੀ ਅੜੀ, ਠੀਕ ਆ ਮੈਂ। ਹੁਣ ਤਾਂ ਨੌਕਰੀ ਵੀ ਲੱਗ ਗਈ ਆ, ਬਾਕੀ ਹਾਲਾਤ ਠੀਕ ਹੋ ਜਾਣਗੇ। ਚੱਲ ਪੁੱਤ ਵਧੀਆ ਵਾ, ਤੂੰ ਵੀ ਚਾਰ ਪੈਸੇ ਕਮਾਉਣ ਲੱਗ ਗਈ ਤੇ ਨਾਲੇ ਤੇਰਾ ਵੀ ਠੀਕ ਹੋ ਜਾਊਗਾ, ਨਾਲੇ ਜੰਨਤ ਦੀ ਵੀ ਜ਼ਿੰਦਗੀ ਬਣ ਜੂਗੀ। ਧੁੱਪਾਂ ਵਿੱਚ ਚੁੰਨੀ ਨਾਲ ਕਰ ਦੇ ਵਿੱਚ ਚੁੰਨੀ ਨਾਲ ਕਰਦੀਆਂ ਛਾਂ, ਉਹ ਮਾਗ ਵੀ ਜਰਨ ਕਰਦੀਆਂ ਮਾਂ। ਸਾਨੂੰ ਦਿੰਦੀ ਨਿੱਗ ਤੇ ਠਰਦੀ ਅੰਮੀ, ਸਾਨੂੰ ਦਿੰਦੀ ਨਿੱਗ ਤੇ ਠਰਦੀ ਸਾਨੂੰ ਨਾ ਕੁਝ ਹੋ ਜੇ ਡਰਦੀ, ਸਾਨੂੰ ਨਾ ਕੁਝ ਹੋ ਜੇ ਡਰਦੀ ਅੰਮੀ। ਮੈਂ ਮੰਮੀ? ਹਾਂਜੀ ਦੱਸੋ ਕੀ ਕਹਿੰਦੇ ਤੁਸੀਂ? ਡੈਡੀ ਨੂੰ ਕਹਿੰਦਾ। ਹਾਂਜੀ ਦੱਸੋ, ਬੋਲੋ। ਸਰਦਾਰ ਜੀ, ਜੋ ਕੁਛ ਵੀ ਆਪਣੇ ਕੋਲ ਹੈ ਜਾਣਾ ਆਪਣੇ ਦੋਨਾਂ ਕੁੜੀਆਂ ਤੇ ਨਾਮ ਤੇ ਚੱਲ ਦੋ। ਹੈ ਕਮਲੀ, ਆ ਕਹਿ ਜੀ ਗੱਲਾਂ ਕਰੀ ਜਾਨੀ ਆ ਤੂੰ? ਮੰਮੀ ਕੀ ਕਹੀ ਜਾਨੇ ਤੁਸੀਂ? ਨਹੀਂ ਸਰਦਾਰ ਜੀ, ਪਹਿਲਾਂ ਮੇਰੀ ਗੱਲ ਸੁਣੋ। ਜੋ ਵੀ ਕੁਛ ਹੈ ਜਾਣਾ ਤੁਸੀਂ ਇਹਨਾਂ ਦੇ ਨਾਮ ਤੇ ਚੱਲ ਦੋ, ਮੇਰਾ ਜੇ ਪਤਾ ਉਹਦਾ ਰੱਬ ਵੀ ਨੇੜੇ ਦਿਖਣ ਲੱਗ ਜਾਂਦਾ। ਮੰਮੀ ਇਹੋ ਜਿਹੀ ਗੱਲਾਂ ਕਿਉਂ ਕਰੀ ਜਾਂਦੇ ਹੋ? ਨਾਲੇ ਆਪਣਾ ਮਨ ਖਰਾਬ ਕਰਦੇ, ਨਾਲੇ ਸਾਡਾ। ਮੇਰਾ ਦੋ ਦਿਨ ਰਹਿਣਾ ਮੁਸ਼ਕਿਲ ਹੋ ਜਾਣੀ ਤੁਹਾਡੀਆਂ ਗੱਲਾਂ ਸੁਣ ਸੁਣ ਕੇ। ਇੱਦਾਂ ਦੀਆਂ ਗੱਲਾਂ ਨਾ ਕਰੋ। ਲੈ ਦੱਸ, ਉਹਨੂੰ ਤਾਂ ਕਹਿੰਦੀ ਸੀ ਕੁੜੀ ਨੂੰ ਬੁਲਾ ਦਿਓ, ਕੁੜੀ ਨੂੰ ਬੁਲਾ ਦਿਓ। ਹੁਣ ਜਦੋਂ ਕੁੜੀ ਆਈ ਹੈ ਤੇ ਇਹੋ ਜਿਹੀਆਂ ਗੱਲਾਂ ਕਰੀ ਜਾਂਦੀ ਹੈ, ਤੇ ਨਾਲੇ ਕੁੜੀ ਦਾ ਮਨ ਦੁਖੀ ਕਰੇਂਗੀ ਤੇ ਨਾਲੇ ਆਪਣਾ ਮਨ ਦੁਖੀ ਕਰੇਂਗੀ। ਕੁੜੀ ਕਿਹੜਾ ਸੌਖੀ ਆਈ ਹੈ, ਨਾਲੇ ਅੱਗੇ ਕਿਹੜਾ ਉਹਦੀ ਜ਼ਿੰਦਗੀ ਬੜੀ ਸੌਖੀ ਹੈ। ਸਰਦਾਰ ਜੀ, ਤਾਂ ਹੀ ਤਾਂ ਮੈਂ ਚਾਹੁੰਦੀ ਪਈ ਹਾਂ ਇਹਦੀ ਜ਼ਿੰਦਗੀ ਅੱਗੇ ਸੋਚੀ ਨਿਕਲ ਜੂ, ਇਹਨੂੰ ਇਹਦਾ ਹਿੱਸਾ ਦੇ ਦਿਓ। ਨਹੀਂ ਮੰਮੀ, ਮੈਨੂੰ ਕੁਛ ਨਹੀਂ ਚਾਹੀਦਾ ਹੈ, ਮੈਨੂੰ ਬਸ ਤੁਸੀਂ ਠੀਕ ਚਾਹੀਦੇ ਹੋ। ਤੁਸੀਂ ਜਲਦੀ ਜਲਦੀ ਠੀਕ ਹੋ ਜਾਓ, ਫਿਰ ਤੁਸੀਂ ਜੋ ਕਹੋਗੇ ਮੈਂ ਸਭ ਮੰਨੂੰਗੀ, ਜੋ ਦਊਂਗੀ ਸਭ ਲਊਂਗੀ, ਬਸ ਤੁਸੀਂ ਠੀਕ ਹੋ ਜਾਓ ਜਲਦੀ। ਡੈਡੀ ਜੀ ਕਹੋ ਤੁਸੀਂ ਮੰਮੀ ਨੂੰ ਕੁਛ, ਠੀਕ ਤਾਂ ਹੋ ਜਾਣਗੇ ਨਾ? ਤੂੰ ਫਿਕਰ ਨਾ ਕਰ, ਕੁਛ ਨਹੀਂ ਹੁੰਦਾ ਤੇਰੀ ਮੰਮੀ ਨੂੰ, ਇਹਨੇ ਠੀਕ ਹੋ ਜਾਣਾ ਤਾਂ ਐਵੇਂ ਬੋਲੀ ਜਾਂਦੀ ਹੈ। ਡੈਡੀ ਜੀ, ਮੰਮੀ ਜਿੱਦਾਂ ਦੀਆਂ ਗੱਲਾਂ ਕਰੀ ਨਾ ਮੇਰਾ ਤਾਂ ਦਿਲ ਬਹੁਤ ਘਬਰਾਈ ਜਾਂਦਾ। ਜੇ ਮੰਮੀ ਨੂੰ ਕੁਛ ਹੋ ਗਿਆ ਕੀ ਕਰਾਂਗੇ? ਕੋਈ ਨੀ ਪੁੱਤ, ਘਬਰਾਈਦਾ ਨੀ ਹੁੰਦਾ, ਕਿਤੇ ਨੀ ਕੁਛ ਹੁੰਦਾ ਤੇਰੀ ਮੰਮੀ ਨੂੰ, ਹੋ ਜਾਣਾ ਠੀਕ ਇਹਨੇ। ਇਸ ਦੁਨੀਆ ਵਿੱਚ ਜਿੰਨੇ ਰਿਸ਼ਤੇ
ਸਭ ਝੂਠੇ ਤੇ ਬਹਿਰੂਪ ਮਾਂ ਦਾ ਰਿਸ਼ਤਾ ਸਭ ਤੋਂ ਸੱਚਾ ਮਾਂ ਰੱਬ ਦਾ ਰੂਪ ਮਾਂ ਹੈ ਰੱਬ ਦਾ ਰੂਪ ਆ ਗਿਆ ਜੋ ਤੇਰਾ ਗੇਮ ਖੇਡ ਕੇ ਬੋਰ ਹੋ ਗਈ ਵੀਰੇ ਨਾਲ ਖੇਡ ਲੈਂਦੀ ਆ ਇਹ ਮੁੰਡੇ ਪਿੱਛੇ ਭੱਜੀ ਗਈ ਕਮਰੇ ਚ ਸਵੇਰੇ ਕਰਦਾ ਫੋਨ ਵੀ ਤੁਹਾਨੂੰ ਹਾਂ ਪੁੱਤ ਮੇਰੇ ਨਾਲ ਗੇਮ ਖੇਡੋ ਉਹ ਤਾਂ ਟਾਈਮ ਦੇਖ ਲੈ ਕਿੰਨਾ ਹੋ ਗਿਆ ਸਵੇਰੇ ਸਕੂਲ ਨਹੀਂ ਜਾਣਾ ਕੋਈ ਨਾ ਪਹਿਲਾਂ ਤੁਸੀਂ ਗੇਮ ਖੇਡੋ ਫਿਰ ਇੱਕੋ ਹੀ ਗੇਮ ਖੇਡਣੀ ਆਪਾਂ ਠੀਕ ਚੱਲ ਮੇਰਾ ਪੁੱਤ ਨਾਲ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਮੇਰੇ ਕਮਰੇ 'ਚ ਮੇਰੇ ਤੋਂ ਬਿਨਾਂ ਪੁੱਛ ਨਹੀਂ ਆਉਣਾ ਚੱਲ ਆ ਵਧੀਆ ਕੀਤਾ ਜਿਹੜਾ ਜੋਤ ਨੇ ਉਹਨੂੰ ਆਪੇ ਹੀ ਝਾੜਦਾ ਹੈਲੋ ਹੈਲੋ ਮੰਮਾ ਹਾਂ ਜੰਨਤ ਪੁੱਤ ਕੀ ਹੋਇਆ ਰੋਈ ਕਾਹਤੋਂ ਜਾਣਾ ਇੰਨਾ ਨਹੀਂ ਮੰਮਾ ਕੁਛ ਨਹੀਂ ਹੋਇਆ ਮੈਂ ਨਹੀਂ ਦੱਸਣਾ ਤੁਸੀਂ ਘਰ ਆ ਜਾਓ ਜੰਨਤ ਦੱਸ ਤਾਂ ਸਹੀ ਕੀ ਹੋਇਆ ਚੁੱਪ ਕਰਨ ਵਾਲੇ ਤੂੰ ਨਹੀਂ ਮੰਮਾ ਮੈਨੂੰ ਨਹੀਂ ਪਤਾ ਕੁਛ ਵੀ ਜਾਂ ਮੈਨੂੰ ਨਾਲ ਲੈ ਜਾ ਕਰੋ ਤੁਸੀਂ ਲੈ ਦੱਸ ਹੁਣ ਫੋਨ ਕੱਟ ਤਾ ਕਿਤੇ ਫਿਰ ਤਾਂ ਨਹੀਂ ਮੰਮੀ ਨੇ ਕੁਛ ਕਹਿਤਾ ਕੀ ਹੋਇਆ ਮਨਦੀਪ ਪੁੱਤ ਬੜੀ ਪਰੇਸ਼ਾਨ ਹੈ ਕੁਝ ਨਹੀਂ ਹੋਇਆ ਡੈਡੀ ਨਹੀਂ ਕੋਈ ਤਾਂ ਗੱਲ ਹੈਗੀ ਆ ਪੁੱਤ ਡੈਡੀ ਜੰਨਤ ਦਾ ਫੋਨ ਆਇਆ ਸੀ ਰੋਈ ਜਾ ਰਹੀ ਸੀ ਕਹਿੰਦੀ ਸੀ ਮੰਮੀ ਤੁਸੀਂ ਘਰੇ ਆ ਜਾਓ ਅੱਛਾ ਤੇ ਤੂੰ ਪੁੱਛਿਆ ਨਹੀਂ ਉਹਨੂੰ ਕਿਉਂ ਰੋਈ ਜਾਂਦੀ ਉਹ ਡੈਡੀ ਜੀ ਪੁੱਛਿਆ ਸੀ ਉਹਨੂੰ ਬਸ ਰੋ ਰੋ ਕੇ ਕਹਿੰਦੀ ਸੀ ਮੰਮੀ ਤੁਸੀਂ ਘਰੇ ਆ ਜਾਓ ਘਰੇ ਆ ਜਾਓ ਬਸ ਇਹੀ ਗੱਲ ਕਰੀ ਜਾਂਦੀ ਬਾਰ ਬਾਰ ਅੱਛਾ ਪੁੱਤ ਜੇ ਆਹ ਗੱਲ ਆ ਨਾ ਤੇ ਚਲੀ ਜਾ ਫਿਰ ਉਹਨੂੰ ਜੰਨਤ ਨੂੰ ਨਾ ਕਿਸੇ ਨੇ ਕੁਛ ਕਹਿ ਨਾ ਦਿੱਤਾ ਹੋਵੇ ਹਾਂਜੀ ਡੈਡੀ ਜੀ ਮੈਨੂੰ ਵੀ ਐਂ ਲੱਗਦਾ ਕਿਸੇ ਨੇ ਕੁਛ ਉਹਨੂੰ ਕਹਿਤਾ ਹੋਣਾ ਤਾਂ ਹੀ ਇੰਨਾ ਰੋਈ ਜਾਂਦੀ ਚੱਲ ਪੁੱਤ ਜੇ ਨਹੀਂ ਕਹਿੰਦੀ ਪਈ ਹੈ ਨਾ ਕੁੜੀ ਤੇ ਚਲੀ ਜਾ ਪਈ ਪਰ ਮੰਮੀ ਉਹ ਕੁਝ ਨਹੀਂ ਹੁੰਦਾ ਤੇਰੀ ਮੰਮੀ ਨੂੰ ਮੈਂ ਹੈਗਾ ਨਾ ਤੇਰੀ ਮੰਮੀ ਕੋਲ ਜੇ ਜ਼ਿਆਦਾ ਢਿੱਲੇ ਹੋਏ ਤਾਂ ਮੈਂ ਤੈਨੂੰ ਫੋਨ ਕਰ ਦੂੰਗਾ ਹਾਏ ਰੱਬਾ ਕਿੱਡੀ ਮਜਬੂਰ ਧੀ ਆ ਇੱਕ ਧੀ ਹੋਣ ਦਾ ਫਰਜ਼ ਵੀ ਪੂਰਾ ਨਹੀਂ ਕਰ ਸਕਦੀ ਕੌਣ ਆ ਗਿਆ ਹੇ ਵੀ ਗੋ ਵੈਲਕਮ ਟੂ ਬ੍ਰਾਂਡ ਗੁਡ ਟੋਏ ਜੋ ਆਪਣਾ ਬਚਪਨ ਯਾਦ ਦਿਲਾਏ So, with every purchase, get a gift from brand Good Toy!
ਦੀਪ ਤੂੰ? ਹਾਂਜੀ ਦੀਦੀ। ਇੰਨੀ ਜਲਦੀ ਆਵੇ ਗਈ, ਨਾਲੇ ਤੂੰ ਰਹਿਣਾ ਸੀ ਸਰਦਾਰ ਜੀ ਕਹਿੰਦੇ। ਉਹ ਦੀਦੀ ਜੰਨਤ ਦਾ ਫੋਨ ਗਿਆ ਸੀ, ਰੋ ਰੋ ਕੇ ਫੋਨ ਕਰ ਰਹੀ ਸੀ ਮੰਮੀ ਜਲਦੀ ਆ ਜਾਓ। ਜੰਨਤ ਤਾਂ ਆ ਗਈ। ਜੰਨਤ ਦਾ ਫੋਨ ਗਿਆ? ਹਾਂਜੀ ਰੋ ਕੇ। ਹਾਂ ਰੋ ਕੇ ਫੋਨ ਕਰ ਰਹੀ ਸੀ, ਕਹਿੰਦੀ ਮੰਮੀ ਤੁਸੀਂ ਜਲਦੀ ਆਓ, ਮੈਂ ਤਾਂ ਹੀ ਫਿਰ ਜਲਦੀ ਜਲਦੀ ਆ ਗਈ। ਪਤਾ ਨਹੀਂ ਮੈਨੂੰ ਤਾਂ ਕਿਉਂ ਫੋਨ ਕੀਤਾ ਉਹਨੇ। ਮੈਂ ਉਹਨੂੰ ਦੇਖਣਾ ਪਹਿਲਾਂ। ਮੈਂ ਇਹਦੀ ਕੁੜੀ ਹੁਣ ਮੇਰੇ ਪੁੱਤ ਨੂੰ ਭੰਡੂਗੀ, ਮੈਨੂੰ ਗੱਲ ਸਾਂਭਣੀ ਪੈਣੀ ਆ ਜਾ ਕੇ। ਜੰਨਤ ਜੰਨਤ ਪੁੱਤ ਕੀ ਹੋ ਗਿਆ? ਹੈਂ ਕੀ ਹੋਇਆ ਪੁੱਤ, ਕੀ ਹੋਇਆ ਦੱਸ ਮੈਨੂੰ। ਮੰਮਾ ਮੈਂ ਤੁਹਾਨੂੰ ਮਨਾ ਕੀਤਾ ਸੀ ਨਾ ਜਾਣ ਵਾਸਤੇ। ਜੰਨਤ ਪੁੱਤ ਮੈਂ ਤੇਰੀ ਨਾਨੀ ਦਾ ਪਤਾ ਲੈਣ ਗਈ ਸੀ, ਪਤਾ ਤੈਨੂੰ ਕਿੰਨੇ ਢਿੱਲੇ ਨੇ ਉਹ। ਤੂੰ ਰੋ ਰੋ ਕੇ ਮੈਨੂੰ ਫੋਨ ਕੀਤਾ, ਮੈਂ ਫਟਾਫਟ ਆ ਗਈ। ਹੁਣ ਦੱਸ ਮੈਨੂੰ ਕੀ ਹੋਇਆ, ਕਿਹਾ ਕਿਸੇ ਨੇ ਕੁਛ ਤੈਨੂੰ? ਜੰਨਤ ਕੀ ਗੱਲ ਹੋਈ, ਮਨਦੀਪ ਕਿਉਂ ਰੋਂਦੀ ਸੀ? ਉਹੀ ਪੁੱਛ ਰਹੀ ਹਾਂ ਇਹਨੂੰ ਵੀ ਕਿਉਂ ਰੋ ਰਹੀ ਹਾਂ। ਕੀ ਹੋਇਆ ਜੰਨਤ, ਜੇ ਕੋਈ ਗੱਲ ਸੀ ਤਾਂ ਮੈਨੂੰ ਦੱਸ ਦਿੰਦੀ। ਹੈਂ ਮੰਮਾ ਤੁਸੀਂ ਕਹਿੰਦੇ ਸੀ ਨਾ ਜੋਤ ਮੇਰੇ ਨਾਲ ਖੇਡਣੀ, ਮੈਂ ਖੇਡਣ ਗਈ ਸੀ, ਉਹਨਾਂ ਨੇ ਗੁੱਸੇ ਵਿੱਚ ਮੈਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਤੇ ਦਰਵਾਜ਼ਾ ਬੰਦ ਕਰ ਲਿਆ। ਪੁੱਤ ਫੇਰ ਕੀ ਹੋ ਗਿਆ, ਵੀਰਾ ਵੱਡਾ ਆ, ਕੋਈ ਨਹੀਂ ਜੇ ਗੇਟ ਬੰਦ ਕਰਤਾ ਫਿਰ ਇਹ 'ਚ ਰੋਣ ਵਾਲੀ ਕਿਹੜੀ ਗੱਲ ਆ। ਓਹੋ ਤਾਂ ਰੋਂਦੀ ਸੀ ਉਹ ਮਨਦੀਪ, ਮੈਨੂੰ ਲੱਗਦਾ ਵਾ ਵੀ ਜੋਤ ਨਾ ਬਾਹਰੋਂ ਖਿਜਿਆ ਹੋਇਆ ਆਉਂਦਾ ਵਾ, ਉਹਨੇ ਕੁਛ ਕਹਿਤਾ ਹੋਣਾ ਵਾ ਤਾਂ ਹੀ ਰੋਈ ਜਾਂਦੀ ਸੀਗੀ। ਲੈ ਦੱਸ ਚੰਨਾ ਜੇ ਕੋਈ ਗੱਲ ਮੈਨੂੰ ਦੱਸ ਦਿੰਦੀ, ਇਹਦੇ ਵਿੱਚ ਮੰਮਾ ਨੂੰ ਫੋਨ ਕਰਨ ਵਾਲੀ ਕਿਹੜੀ ਗੱਲ ਸੀ? ਦੇਖ ਮੰਮਾ ਭੱਜੇ ਆਏ, ਨਾਨੀ ਮੰਮਾ ਦਾ ਪਤਾ ਲੈਣ ਗਏ ਸੀ, ਉਹ ਤਾਂ ਨਿੱਕੀ ਨਿੱਕੀ ਗੱਲ 'ਤੇ ਫੋਨ ਥੋੜ੍ਹੀ ਕਰੀਦਾ ਮੰਮਾ ਨੂੰ। ਕੋਈ ਨਾ ਚੰਨਾ ਤੂੰ ਚੁੱਪ ਕਰ, ਜੋਤ ਨੂੰ ਆ ਲੈਂਦੇ, ਮੈਂ ਆਪੇ ਗੱਲ ਕਰ ਲੈਣੀ ਉਹਦੇ ਨਾਲ। ਅੱਛਾ ਤੂੰ ਰੋ ਨਾ ਹੁਣ। ਨਹੀਂ ਨਹੀਂ ਦੀਦੀ ਤੁਸੀਂ ਜੋਤ ਨੂੰ ਕੁਛ ਨਾ ਕਿਹੋ, ਕੋਈ ਨਹੀਂ ਬੱਚੇ ਨੇ, ਬੱਚੇ ਇੱਦਾਂ ਹੀ ਕਰਦੇ ਹੁੰਦੇ ਆ। ਚੱਲ ਕੋਈ ਨਾ ਸਿਆਣੀ ਧੀ ਚੁੱਪ ਕਰ, ਜਾ ਮਨਦੀਪ ਤੂੰ ਪਾਣੀ ਲੈ ਕੇ ਆ ਇਹਦੇ ਵਾਸਤੇ, ਇਹ ਤਾਂ ਮੇਰੀ ਸਿਆਣੀ ਧੀ ਹੈ ਨੇ। ਮੇਰੀ ਗੱਲ ਸੁਣਨੀ, ਜੇ ਅੱਗੇ ਤੋਂ ਜੋਤ ਦਾ ਨਾਂ ਲਿਆ ਨਾ ਆਪਣਾ ਹਿਸਾਬ ਲਾ ਲਈ ਕੀ ਬਣਦਾ ਤੇਰਾ, ਉਹਦੇ ਸਾਹਮਣੇ ਰੋਣ ਲੱਗ ਜਾਂਦੀ ਹੈ। ਹੁਣ ਦੇਖ ਲਈ ਆਪਣਾ ਹਿਸਾਬ, ਸਿੱਧੀ ਹੋ ਕੇ ਬਹਿ ਜਾ। ਲੈ ਜਾਣਾ ਤਾਂ ਪਾਣੀ ਪੀ ਲੈ, ਲੈ ਲੈ ਦੇਖ ਲੈ, ਚੁੱਪ ਕਰ ਵੀ ਗਈ ਤੂੰ, 2 ਮਿੰਟ ਵੇਖ ਲਾ ਇੱਧਰੋਂ ਗਈ ਹੈ ਨਾ। ਮੈਨੂੰ ਤਾਂ ਦੱਸਿਆ ਹੀ ਨਹੀਂ ਵੀ ਜੋਤ ਨੇ ਇਹਨੂੰ ਕੁਛ ਕਿਹਾ ਵਾ, ਨਹੀਂ ਤਾਂ ਮੈਂ ਪਿੱਛੇ ਚੁੱਪ ਕਰਾ ਦੇਣਾ ਸੀ, ਐਵੇਂ ਤੂੰ ਭੱਜੀ ਆਈ। ਨਾਲੇ ਸੱਚ ਮੇਰੇ ਮਨਦੀਪ ਤੇਰੀ ਮੰਮੀ ਦਾ ਕੀ ਹਾਲ ਆ, ਤੂੰ ਉੱਧਰ ਗਈ ਸੀ? ਦੀਦੀ ਠੀਕ ਨੇ ਬਸ ਇੱਦਾਂ ਹੀ ਹਾਲੇ ਤਾਂ। ਨਹੀਂ ਮਨਦੀਪ ਤੇਰਾ ਚਿਹਰਾ ਕੁਛ ਹੋਰ ਕਹਿੰਦਾ ਪਿਆ, ਮੈਨੂੰ ਲੱਗਦਾ ਆਂਟੀ ਜ਼ਿਆਦਾ ਢਿੱਲੇ ਆ। ਕੀ ਦੱਸਾਂ ਦੀਦੀ, ਪਤਾ ਨਹੀਂ ਮੰਮੀ ਕਿਹੜੀ ਗੱਲ ਦਾ ਬੋਝ ਮਨ 'ਤੇ ਲਈ ਬੈਠੇ ਨੇ। ਚੱਲ ਮਨਦੀਪ ਹੌਂਸਲਾ ਰੱਖ, ਜੇ ਤੂੰ ਹੀ ਢੇਰੀ ਢਾਕ ਕੇ ਬਹਿ ਗਈ ਤਾਂ ਉਹਨਾਂ ਨੂੰ ਹੌਂਸਲਾ ਕੌਣ ਦਊਗਾ? ਜੋਤ ਮੇਰੀ ਗੱਲ ਸੁਣ, ਤੂੰ ਆ ਜੰਨਤ ਨੂੰ ਇੰਨੀ ਉੱਚੀ ਉੱਚੀ ਕਿਉਂ ਬੋਲਿਆ? ਮੰਮਾ ਮੇਰੇ ਕੋਲੇ ਆ ਕੇ ਮਿੰਟ ਦੇ ਵਿੱਚ ਬਹਿ ਗਈ, ਭਲਾ ਮੈਨੂੰ 5-10 ਮਿੰਟ ਰੈਸਟ ਤਾਂ ਕਰ ਲੈਣ ਦੇ, ਮੈਂ ਜੇ ਅੰਦਰ ਵੜਿਆ ਹੀ ਆ ਮੇਰੇ ਮਗਰ ਮਗਰ ਆ ਕੇ ਕਹਿੰਦੀ ਵੀਰੇ ਮੇਰੇ ਨਾਲ ਗੇਮ ਖੇਡ। ਜੋਤ ਮੈਂ ਤੈਨੂੰ ਡਾਂਟਣ ਥੋੜ੍ਹੀ ਆਈ ਹਾਂ, ਮੈਂ ਤਾਂ ਇਹ ਕਿਹਾ ਵਾ ਵੀ ਚੱਲ ਵਧੀਆ ਕੀਤਾ, ਇਹ ਮਾਵਾਂ ਧੀਆਂ ਨੇ ਪਖੰਡ ਹੀ ਫੜਿਆ ਹੋਇਆ, ਮਾਂ ਆਪ ਉੱਧਰ ਨੂੰ ਚੱਲ ਗਈ ਆ ਅਤੇ ਆ ਕੁੜੀ ਤੇਰੇ ਨਾਲ ਆ ਗਈ ਜੀ, ਖੇਡੋ ਅੱਗੇ ਤਾਂ ਇੱਦਾਂ ਹੀ ਝਾੜਿਆ ਕਰ ਚੰਗਾ। ਮੰਮਾ ਕੀ ਬੋਲੀ ਜਾਂਦੇ ਹੋ, ਮੈਂ ਕੁਛ ਸਮਝਿਆ ਹੀ ਨਹੀਂ। ਪੁੱਤ ਸਮਝਣ ਸਮਝਾਉਣ ਨੂੰ ਨਾ ਮੈਂ ਹੈਗੀ ਹਾਂ, ਮੈਂ ਤੈਨੂੰ ਇਹੀ ਕਿਹਾ ਕਿ ਉਹਨਾਂ ਮਾਵਾਂ ਧੀਆਂ ਤੋਂ ਥੋੜ੍ਹਾ ਜਿਹਾ ਦੂਰ ਰਿਹਾ ਕਰ, ਆ ਜਿਹੜੇ ਤਾਏ ਚਾਚੇ ਦੇ ਨਿਆਣੇ ਸਕੇ ਨਹੀਂ ਹੁੰਦੇ,
ਮੈਂ ਤੈਨੂੰ ਇਹੀ ਸਮਝਾਉਣਾ ਸੀ। ਮੰਮਾ ਮੈਂ ਉਹਨੂੰ ਵੀ ਆਹੀ ਕਹਿ ਕੇ ਭੇਜਿਆ ਵਾ ਵੀ ਮੈਂ ਖਿਚਿਆ ਹੋਇਆ ਵਾਂ, ਤੁਸੀਂ ਵੀ ਹੁਣ ਥੋੜ੍ਹੀ ਦੇਰ ਮੈਨੂੰ ਰੈਸਟ ਕਰ ਲੈਂਦੇ ਹੋ, ਚਲੇ ਜਾਓ ਬਾਹਰ। ਨਜੋਤ ਤੂੰ ਬੋਲਦਾ ਕਿੱਦਾਂ ਵਾ ਆਪਣੀ ਮਾਂ ਨਾਲ? ਤੈਨੂੰ ਪਤਾ ਨਹੀਂ ਲੱਗਦਾ ਕਿਉਂ ਇੱਦਾਂ ਬੋਲਦਾ ਪਿਆ ਤੂੰ? ਕਿਹੜੀ ਪਰੇਸ਼ਾਨੀ ਹੈ ਤੈਨੂੰ? ਮੰਮਾ ਮੈਂ ਸੱਚੀ ਪਰੇਸ਼ਾਨ ਹਾਂ, ਮੈਂ ਖਿਚਿਆ ਹੋਇਆ। ਇਸ ਟਾਈਮ ਚਲੇ ਜਾਓ ਇੱਥੋਂ ਮੈਨੂੰ ਇਕੱਲੇ ਛੱਡ ਕੇ। ਤੈਨੂੰ ਜਮਾਂ ਨਹੀਂ ਬੋਲਣ ਦੀ ਅਕਲ ਹੈਗੀ? ਸਾਰ ਭੁੱਲੀ ਜਾਂਦਾ ਤੂੰ ਬੋਲਣਾ ਕਿੱਦਾਂ ਆਪਣੀ ਮਾਂ ਨਾਲ? ਤੇਰੀ ਮਾਂ ਖੜੀ ਹੈ ਸਾਹਮਣੇ ਨਾ। ਕੀ ਗੱਲ, ਕਿਉਂ ਤੰਗ ਕਰੀ ਜਾਂਦੀ ਹੈ ਜਵਾਕ ਨੂੰ? ਜਦੋਂ ਤੈਨੂੰ ਕਹੀ ਜਾਂਦਾ ਵਾ ਵੀ ਮੈਨੂੰ ਇਕੱਲਾ ਛੱਡ ਦੇ, ਤਾਂ ਤੂੰ ਛੱਡ ਨਹੀਂ ਸਕਦੀ ਅਗਲੇ ਨੂੰ ਰੈਸਟ ਕਰਨ ਦੇ? ਮੰਮੀ ਦਿਨੋ ਦਿਨ ਵਿਗੜੀ ਜਾਂਦਾ, ਕਿੱਦਾਂ ਇਹਨੂੰ ਮੈਂ ਇਕੱਲਾ ਛੱਡਦਾ? ਇਹਦੀ ਬੋਲੀ ਤਾਂ ਦੇਖੋ ਕੀ ਕਿੱਦਾਂ ਬੋਲਦਾ ਹੈ। ਨਾ ਕਿਤੇ ਨਹੀਂ ਵਿਗੜਨ ਲੱਗਿਆ ਹੈਗਾ ਮੇਰਾ ਪੋਤਾ, ਕਦੇ ਉਹਨੂੰ ਨਾ ਆਰਾਮ ਵੀ ਕਰਨ ਦਿਆ ਕਰ। ਜਦ ਦੇਖੋ ਉਹਦੇ ਮਗਰ ਪਏ ਰਹਿੰਦੇ ਹੋ ਦੋਨੇ ਜਾਣੇ। ਜੋਤ ਤੂੰ ਨਾ ਆਰਾਮ ਕਰ, ਇਹਨੂੰ ਤਾਂ ਮੈਂ ਲੈ ਕੇ ਜਾਂਦੀ ਹਾਂ। ਚੱਲ ਤੂੰ ਬਾਹਰ ਪੈ ਲੈਣ ਦੇ ਉਹਨੂੰ। ਚੱਲ ਚੱਲ ਬੈਠ। ਮੰਮੀ ਤੁਸੀਂ ਉਹਨੂੰ ਸਮਝਾਉਣਾ ਤਾਂ ਕੀ ਸੀਗਾ, ਉਲਟਾ ਮੈਨੂੰ ਵੀ ਖਿੱਚ ਕੇ ਬਾਹਰ ਲੈ ਆਏ। ਮੀ ਜਦ ਤੈਨੂੰ ਮੁੰਡਾ ਕਹਿ ਰਿਹਾ ਵਾ ਵੀ ਮੈਂ ਪਰੇਸ਼ਾਨ ਹਾਂ, ਮੈਨੂੰ ਦੋ ਮਿੰਟ ਆਰਾਮ ਕਰਨ ਲੈਂਦੇ, ਕਿਉਂ ਉਹਨੂੰ ਤੰਗ ਕਰਦੀ ਹਾਂ? ਬੈਠ ਜਾ ਇੱਥੇ, ਮੈਂ ਤੇਰੇ ਨਾਲ ਗੱਲ ਕਰਨੀ ਹੈ ਇੱਕ। ਉਹ ਬੈਠ ਜਾ। ਬਹੁਤ ਆ ਜਾਂਦੀ ਹੈ, ਕੀ ਗੱਲ ਕਰਨੀ ਤੁਸੀਂ? ਨਾ ਮੈਨੂੰ ਇੱਕ ਗੱਲ ਦੱਸ, ਮਨਦੀਪ ਆਹ ਜਦੋਂ ਪੇਕਿਆਂ ਤੋਂ ਆਈ ਆ, ਤੂੰ ਉਹਦੇ ਕਮਰੇ 'ਚ ਗਈ ਸੀਗੀ, ਦੱਸਦੀ ਹੋਣੀ ਆ ਤੈਨੂੰ ਕੁਛ? ਮੰਮੀ ਦੱਸ ਦਿੰਦੀ ਹਾਂ, ਮਨਦੀਪ ਦੇ ਕਮਰੇ 'ਚ ਗਈ ਤਾਂ ਸੀਗੀ ਮੈਂ, ਤੁਹਾਡੇ ਲਈ ਤਾਂ ਖੁਸ਼ਖਬਰੀ ਹੀ ਲੈ ਕੇ ਆਈ ਹਾਂ। ਖੁਸ਼ਖਬਰੀ? ਨਹੀਂ ਕਿਹੜੀ ਖੁਸ਼ਖਬਰੀ? ਮੰਮੀ ਮਨਦੀਪ ਕਹਿੰਦੀ ਮੰਮੀ ਉਹਦੀ ਜ਼ਿਆਦਾ ਹੀ ਬਿਮਾਰ ਆ, ਉਹਦਾ ਤਾਂ ਪਟਾਕਾ ਪੈਣ ਵਾਲਾ। ਨਹੀਂ ਕੋਈ ਮਰੇ ਕੋਈ ਜੀਵੇ, ਮੈਨੂੰ ਕੀ, ਮੇਰੇ ਲਈ ਕੀ ਖੁਸ਼ਖਬਰੀ ਆ ਇਹ? ਮੈਨੂੰ ਲੱਗਾ ਤੁਸੀਂ ਖੁਸ਼ ਹੋਵੋਗੇ ਕਿ ਉਹਦੀ ਮਾਂ ਦਾ ਪਟਾਕਾ ਪੈਣ ਵਾਲਾ। ਇਹੋ ਜਿਹੀਆਂ ਗੱਲਾਂ 'ਤੇ ਨਹੀਂ ਮੈਂ ਖੁਸ਼ ਹੁੰਦੀ। ਨਾ ਮੰਮੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਤੁਸੀਂ? ਆਖਰ ਜੇ ਮਨਦੀਪ ਦੀ ਮਾਂ ਜਾਊਗੀ ਤਾਂ ਦੁਨੀਆ ਤੋਂ ਸਭ ਤੋਂ ਵੱਡਾ ਸਹਾਰਾ ਜਾਣਾ ਉਹਦਾ, ਉਹਦੀ ਮਾਂ ਜਾਣੀ ਆ ਦੁਨੀਆ ਤੋਂ, ਫਿਰ ਉਹ ਰਹੂਗੀ ਕਿਹਦੇ ਸਹਾਰੇ? ਇਹ ਤਾਂ ਮੈਂ ਸੋਚਿਆ ਹੀ ਨਹੀਂ। ਮੰਮੀ ਫਿਰ ਸੋਚੋ, ਥੋੜ੍ਹਾ ਜਿਹਾ ਦਿਮਾਗ ਲਗਾਓ, ਇਹਦਾ ਬਣੂਗਾ ਕੀ ਫਿਰ? ਕੋਈ ਨਾ, ਸਵੇਰੇ ਇਹ ਗੋਲਡੀ ਦੇ ਸਾਹਮਣੇ ਮੇਰੇ ਨਾਲ ਲੜ ਕੇ ਗਈ ਸੀ ਨਾ ਆਪਣੇ ਪੇਕਿਆਂ ਨੂੰ, ਇੱਕ ਵਾਰੀ ਮਾਂ ਨੂੰ ਮਾਰ ਲੈਂਦੇ, ਇਹਦਾ ਪੱਤਾ ਤਾਂ ਮੈਂ ਕੱਟੂ ਪੇਕੇ ਜਾਣ ਵਾਲਾ। ਮੰਮੀ ਛੱਡੋ ਇਹਨਾਂ ਗੱਲਾਂ ਨੂੰ, ਉਹ ਸਭ ਤਾਂ ਠੀਕ ਆ, ਪਰ ਨਾ ਮਨਦੀਪ ਆ ਗਈ ਪੇਕਿਆਂ ਤੋਂ, ਉਹ ਛੁੱਟੀ ਵਾਲੀ ਗੱਲ ਜ਼ਰੂਰ ਕਰਿਓ। ਛੁੱਟੀ ਵਾਲੀ ਗੱਲ? ਕਿਹੜੀ ਛੁੱਟੀ ਵਾਲੀ ਗੱਲ? ਮੰਮੀ ਜੋਤੀ ਦੇ ਆਏ ਨਹੀਂ ਸੀ ਲਈ ਤਾਂ ਮਾਂ ਦੇ ਬਿਮਾਰ ਹੋਣ 'ਤੇ ਲੈ ਲਈ, ਆ ਗੱਲ ਜ਼ਰੂਰ ਕਰਿਓ ਮੈਡਮ ਜੀ, ਪਤਾ ਤਾਂ ਲੱਗਿਆ ਛੁੱਟੀ ਕਿੱਦਾਂ ਲਈ ਦੇ। ਚੱਲ ਮਨਦੀਪ ਹੋ ਜਾ ਤਿਆਰ ਨਵੇਂ ਕਲੇਸ਼ ਲਈ। ਬਬਲੀ ਆ ਪਾਣੀ ਦੇ ਇੱਕ ਗਲਾਸ। ਹਾਂਜੀ ਹੈਲੋ ਵੀਰ ਜੀ ਪਾਣੀ। ਮਨਦੀਪ ਤੂੰ? ਹਾਂਜੀ। ਤੁਹਾਨੂੰ ਤਾਂ ਸਵੇਰੇ ਤੇਰੇ ਮੰਮੀ ਘਰੇ ਛੱਡ ਕੇ ਆਇਆ ਸੀ, ਨਾਲੇ ਤੈਨੂੰ ਮੈਂ ਕਿਹਾ ਸੀ ਇੱਕ ਦੋ ਦਿਨ ਉੱਥੇ ਰਹਿ ਲਈ। ਉਹ ਵੀਰ ਜੀ ਉਹ ਨਾ ਜੰਨਤ ਰੋਈ ਜਾਂਦੀ ਸੀਗੀ ਫੋਨ 'ਤੇ, ਕਹਿੰਦੀ ਸੀ ਮੰਮੀ ਜਲਦੀ ਘਰੇ ਆਓ, ਤਾਂ ਫਿਰ ਮੈਂ ਆ ਕੇ। ਉਹ ਤਾਂ ਇੰਨੇ ਢਿੱਲੇ ਸੀਗੇ, ਤੈਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਸੀ। ਜੰਨਤ ਦਾ ਕੀ ਆ, ਬਬਲੀ ਘਰੇ ਸੀਗੀ, ਮੰਮੀ ਘਰੇ ਨੇ, ਮੈਂ ਵੀ ਘਰੇ ਆ ਹੀ ਜਾਣਾ ਸੀ, ਨਾਲੇ ਜੋਤ ਵੀ ਤਾਂ ਹੈਗਾ ਹੀ ਆ। ਸਰਦਾਰ ਜੀ ਤੁਹਾਨੂੰ ਪਤਾ ਤਾਂ ਹੈ ਬੱਚਿਆਂ ਦਾ, ਮਾਵਾਂ ਬਿਨਾਂ ਰਹਿੰਦੇ ਆ ਕਿਤੇ, ਉਹ ਕਿਹੜਾ ਟਿਕਦੀ ਆ? ਜੋਤ ਨਾਲ ਲੜ ਪਈ ਮਾੜਾ ਜਿਹਾ, ਬਸ
ਤਾਂ ਕਿਤੇ ਫੋਨ ਫੂਨ ਕਰ ਦਿੱਤਾ ਹੋਣਾ ਵਾ। ਚੱਲ ਕੋਈ ਗੱਲ ਨਹੀਂ ਮਨਦੀਪ, ਜੇ ਹੁਣ ਤੇਰੇ ਡੈਡੀ ਦਾ ਫੋਨ ਆਇਆ ਤਾਂ ਫਿਰ ਚੱਲ ਜੀ, ਠੀਕ ਆ? ਚੱਲ ਮੈਨੂੰ ਦੱਸ ਦੀ ਜਦੋਂ ਉੱਧਰੋਂ ਫੋਨ ਆਇਆ ਨਾ, ਆਪਾਂ ਜਾ ਆਵਾਂਗੇ, ਫਿਰ ਪਤਾ ਲੈ ਆਵਾਂਗੇ ਜਾ ਕੇ। ਨਾਲ ਮੈਂ ਵੀ ਲੈ ਆਊਂਗੀ ਪਤਾ, ਹੈ ਨਾ, ਮੈਂ ਵੀ ਤਾਂ ਜਾਣਾ ਹੀ ਹੈ। ਚੱਲ ਆ ਜਾ ਅਗਲਾ ਸਟਾਪ। ਦੇਖਾਂ ਤਾਂ ਸਹੀ ਕੀ ਕਰਦੀ ਆ ਇਹ। ਨਾ ਅੱਜ ਜਾਣਾ ਕੰਮ ਤੇ ਭੈਣ ਜੀ ਨੇ, ਕਿ ਅੱਜ ਵੀ ਛੁੱਟੀ ਕਰਕੇ ਮਾਂ ਦਾ ਪਤਾ ਲੈਣ ਜਾਣਾ ਪੇਕਿਆਂ ਨੂੰ? ਨਹੀਂ ਨਹੀਂ ਮੰਮੀ, ਬਸ ਮੈਂ ਚੱਲੀ ਹੋਈ ਸੀ, ਬਸ ਆ ਜੰਨਤ ਦਾ ਖਲਾਰਾ ਸਮੇਟਦੀ ਸੀ। ਵੈਸੇ ਚਲਾਕ ਤਾਂ ਤੂੰ ਬਹੁਤ ਆ ਮਨਦੀਪ, ਆਪਦੀ ਮਾਂ ਦੇ ਲਈ ਤਾਂ ਤੂੰ ਬੜੀ ਜਲਦੀ ਛੁੱਟੀ ਲੈ ਕੇ ਚਲੀ ਗਈ, ਤੇ ਜਦੋਂ ਜੋਤੀ ਆਈ ਸੀਗੀ ਉਦੋਂ ਤੇਰਾ ਕੰਮ ਬਿਨਾਂ ਸਰਦਾ ਕੋਈ ਨਹੀਂ ਸੀਗਾ। ਨਹੀਂ ਮੰਮੀ, ਤੁਹਾਨੂੰ ਪਤਾ ਮੰਮੀ ਸੱਚੀ ਬਹੁਤ ਢਿੱਲੇ ਸੀ, ਮੈਂ ਤਾਂ ਇਹ ਸੋਚ ਸੋਚ ਕੇ ਪਰੇਸ਼ਾਨ ਹੋ ਜਾਂਦੀ ਹਾਂ, ਜੇ ਮੰਮੀ ਨੂੰ ਕੁਛ ਹੋ ਗਿਆ ਤਾਂ ਮੇਰਾ ਕੀ ਬਣੂਗਾ, ਮੈਂ ਕੀ ਕਰੂੰਗੀ, ਕਿਹਦੇ ਸਹਾਰੇ ਜੀਊਂਗੀ? ਨੀ ਕਿਧਰੇ ਨੀ ਕੁਛ ਹੁੰਦਾ ਤੇਰੀ ਮਾਂ ਨੂੰ, ਮੈਨੂੰ ਤਾਂ ਐਂ ਲੱਗਦਾ ਵੀ ਬਾਰ ਬਾਰ ਤੈਨੂੰ ਬੁਲਾਉਣ ਦੇ ਨਾ ਬਹਾਨੇ ਨੇ ਇਹ ਉਹਨਾਂ ਦੇ। ਨਹੀਂ ਨਹੀਂ ਮੰਮੀ, ਕੋਈ ਬਹਾਨੇ ਨੀ ਬਣਾ ਰਹੇ ਹੋ, ਪਤਾ ਮੰਮੀ ਉਹ ਤਾਂ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਸੀਗੇ। ਨਾਲੇ ਕੱਲ ਤਾਂ ਮੰਮੀ ਡੈਡੀ ਜੀ ਨੇ ਇਹ ਵੀ ਕਹੀ ਜਾਂਦੇ ਸੀਗੇ ਕਿ ਜੋ ਕੁਛ ਵੀ ਸਾਡੇ ਕੋਲ ਹੈਗਾ ਸਾਡੇ ਦੋਨਾਂ ਭੈਣਾਂ ਵਿੱਚ ਵੰਡ ਦੇਣ। ਪਤਾ ਨੀ ਮੰਮੀ ਇਹੋ ਜਿਹੀ ਗੱਲਾਂ ਕਿਉਂ ਕਰੀ ਜਾਂਦੇ। ਕੀ ਕਹਿੰਦੇ ਸੀ ਤੇਰੀ ਮੰਮੀ, ਆ ਜਰਾ ਦੁਬਾਰਾ ਦੱਸੀ। ਮੰਮੀ ਕਹਿੰਦੇ ਸੀਗੇ ਡੈਡੀ ਜੀ ਨੂੰ ਵੀ ਜੋ ਵੀ ਜ਼ਮੀਨ ਵਗੈਰਾ ਹੈਗੀ ਸਾਡੇ ਦੋਨਾਂ ਭੈਣਾਂ ਵਿੱਚ ਵੰਡ ਦੇਣ। ਨਾ ਤੇਰੀ ਮੰਮੀ ਇਹੋ ਜਿਹੀਆਂ ਗੱਲਾਂ ਕਰਦੀ ਸੀ? ਹਾਂਜੀ, ਪਤਾ ਨੀ ਮੰਮੀ ਦੇ ਮਨ 'ਚ ਇਹੋ ਜਿਹੇ ਖਿਆਲ ਕਿੱਥੋਂ ਕਿਉਂ ਆਈ ਜਾਂਦੇ। ਚੱਲ ਕੋਈ ਨਾ ਮਨਦੀਪ, ਬਿਮਾਰੀ 'ਚ ਨਾ ਕਈ ਵਾਰੀ ਬੰਦਾ ਇਹੋ ਜਿਹੀਆਂ ਗੱਲਾਂ ਕਰ ਹੀ ਦਿੰਦਾ ਵਾ। ਨਾਲੇ ਤੂੰ ਅੱਜ ਛੁੱਟੀ ਨਾ ਕਰੀ, ਕੰਮ 'ਤੇ ਚਲੀ ਜਾ, ਕੀ ਪਤਾ ਤੇਰੇ ਡੈਡੀ ਦਾ ਫੋਨ ਕਦੋਂ ਆ ਜਾਵੇ, ਕੀ ਪਤਾ ਤੈਨੂੰ ਉੱਥੇ ਫੇਰ ਜਾਣਾ ਪੈ ਜਾਵੇ। ਨਹੀਂ ਨਹੀਂ, ਇੱਦਾਂ ਨਹੀਂ ਹੋ ਸਕਦਾ, ਮੰਮੀ ਨੂੰ ਕੁਛ ਨਹੀਂ ਹੋ ਸਕਦਾ। ਮਨਦੀਪ ਮਨਦੀਪ, ਮੈਂ ਕਿਹੜੀ ਸੋਚੀ ਪੈ ਗਈ, ਜਾਣਾ ਨਹੀਂ ਹੁਣ ਕੰਮ 'ਤੇ? ਬਸ ਮੰਮੀ ਮੈਂ ਚੱਲੀ ਹੋਈ ਹਾਂ। ਨਾ ਜੇ ਦੋਨਾਂ ਭੈਣਾਂ ਦੇ ਵਿੱਚ ਬਰਾਬਰ ਦਾ ਹਿੱਸਾ ਵੰਡਿਆ ਜਾਊਗਾ, ਯਾਨੀ ਕਿ ਮਨਦੀਪ ਨੂੰ ਅੱਧ ਮਿਲੂਗਾ, ਇਹਦਾ ਮਤਲਬ ਮਨਦੀਪ ਤਾਂ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਨਿਕਲੀ, ਜਿਹਨੂੰ ਮੈਂ ਠੋਕਰਾ ਹੀ ਮਾਰੀ ਜਾਂਦੀ ਸੀਗੀ। ਕਿਉਂ ਨਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਨੂੰ ਉਨ੍ਹਾਂ ਚਿਰ ਦਾਣਾ ਪਾਇਆ ਜਾਵੇ ਜਿੰਨਾ ਚਿਰ ਸੋਨੇ ਦਾ ਅੰਡਾ ਦੇ ਨਹੀਂ ਦਿੰਦੀ। ਚੱਲ ਮੇਰੀ ਇਹ ਸੋਨੇ ਦੀ ਇਹ ਮੁਰਗੀਏ, ਅੱਜ ਤੋਂ ਤੈਨੂੰ ਮੇਰਾ ਇੱਕ ਨਵਾਂ ਰੂਪ ਦੇਖਣ ਨੂੰ ਮਿਲੂਗਾ।